ਫਾਜ਼ਿਲਕਾ ਦੇ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਕੋਆਪਰੇਟਿਵ ਬੈਂਕ ਤੋਂ ਨੌਕਰੀ ਕਰਕੇ ਆਪਣੇ ਘਰ ਲੋਟ ਰਹੇ ਇੱਕ ਨੌਜਵਾਨ ਦੇ ਨਾਲ ਕੁਝ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਹੋਇਆ। ਕਾਇਲ ਹਸਪਤਾਲ ਦੇ ਵਿੱਚ ਕਰਵਾਇਆ ਭਰਤੀ, ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਕੋਆਪਰੇਟਿਵ ਬੈਂਕ ਤੋਂ ਨੌਕਰੀ ਕਰਕੇ ਆਪਣੇ ਘਰ ਲੋਟ ਰਹੇ ਇੱਕ ਨੌਜਵਾਨ ਦੇ ਨਾਲ ਕੁਝ ਯੁਵਕਾਂ ਵੱਲੋਂ ਕੁੱਟਮਾਰ ਕੀਤੀ ਗਈ। ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਵਿੱਚ ਭਰਤੀ ਨੌਜਵਾਨ ਨੇ ਦੱਸਿਆ ਕਿ ਉਹ ਨੌਕਰੀ ਕਰਕੇ ਆਪਣੇ ਘਰ ਲੋਟ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਯੁਵਕਾਂ ਵੱਲੋਂ ਉਸ ਨੂੰ ਪਕੜ ਲਿਆ ਗਿਆ ਤੇ ਉਸਦੇ ਨਾਲ ਕੁੱਟਮਾਰ ਕੀਤੀ ਗਈ। ਉਸਨੇ ਦੱਸਿਆ ਕਿ ਪਹਿਲਾਂ ਉਸਦੇ ਨਾਲ ਮਹਿਰੀਆਂ ਬਾਜ਼ਾਰ ਦੇ ਵਿੱਚ ਕੁੱਟਮਾਰ ਕੀਤੀ ਗਈ, ਉਸ ਤੋਂ ਬਾਅਦ ਉਸ ਨੂੰ ਹੱਡਾ ਰੋੜੀ ਲਿਜਾਇਆ ਗਿਆ ਜਿੱਥੇ ਉਸਦੇ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹ ਹਮਲਾਵਰ ਉਸ ਯੁਵਕ ਨੂੰ ਚੁਆੜਿਆਂ ਵਾਲੀ ਪਿੰਡ ਦੀ ਮੰਡੀ ਦੇ ਵਿੱਚ ਲੈ ਗਏ ਜਿੱਥੇ ਵੀ ਉਸਦੇ ਨਾਲ ਕੁੱਟਮਾਰ ਕੀਤੀ ਗਈ ਹੈ। ਯੁਵਕ ਦੇ ਅਨੁਸਾਰ ਉਸਦੇ ਨਾਲ ਉਸ ਤੋਂ ਬਾਅਦ ਪਿੰਡ ਬਾਦਾ ਦੇ ਨੇੜੇ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸਦੇ ਘਰ ਦੇ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਉਹਨਾਂ ਯੁਵਕਾਂ ਦੇ ਚੁੰਗਲ ਤੋਂ ਛੁਡਵਾਇਆ ਅਤੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾਇਆ ਗਿਆ। ਕਾਇਲ ਯੁਵਕ ਨੇ ਦੱਸਿਆ ਕਿ ਉਸਦਾ 2000 ਰੁਪਇਆ ਅਤੇ ਮੋਬਾਈਲ ਵੀ ਹਮਲਾਵਰਾਂ ਵੱਲੋਂ ਖੋਹ ਲਿਆ ਗਿਆ। ਉਹਨਾਂ ਨੇ ਕਿਹਾ ਕਿ ਉਸਦੇ ਨਾਲ ਬੜੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਉਹ ਬੁਰੀ ਤਰ੍ਹਾਂ ਨਾਲ ਕਾਇਲ ਹੋ ਗਿਆ ਅਤੇ ਉਸਨੂੰ ਫਰੀਦਕੋਟ ਵੀ ਰੈਫਰ ਕੀਤਾ ਜਾ ਰਿਹਾ ਹੈ। ਯੁਵਕ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਤੁਹਾਡਾ ਜੀ ਕਿੱਥੋਂ ਰਹਿਣ ਵਾਲੇ? ਆਰੀਆ ਨਗਰ ਜੀ। ਕੀ ਹੋਇਆ ਜੀ? ਮੈਂ ਕੋਪਟੇ ਬੈਂਕ ਤੋਂ ਆ ਰਿਹਾ ਜੀ ਅਤੇ 3-4 ਮੁੰਡੇ ਗਏ ਸੀ ਮੋਟਰਸਾਈਕਲ 'ਤੇ ਅਤੇ ਉਹਨਾਂ ਨੇ ਮੈਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਾਰਾ ਛੇੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਮੈਂ ਉੱਥੋਂ ਜਾ ਕੇ ਰਾਜਨਗਰ ਹੋਸਪਿਟਲ ਪਹੁੰਚ ਕੇ ਮੈਂ ਕਰਦੇ ਮੈਂ ਫੋਨ ਕੀਤਾ ਉਹਨਾਂ ਨੂੰ, ਮੇਰੇ ਨਾਲ ਇਹ ਗੱਲ ਹੋਈ ਆ, ਮੁੰਡੇ ਮੈਨੂੰ ਮਾਰਨ ਛੇੜਨ ਗੱਲ ਕਰ ਰਹੇ ਆ। ਮੈਂ ਉੱਥੋਂ ਭੱਜਿਆ, ਮਤਲਬ ਉਹ ਮੁੰਡੇ ਆ ਗਏ ਸੀ ਮੇਰੇ ਪਿੱਛੇ ਉੱਥੇ ਅਤੇ ਮੈਂ ਉੱਥੋਂ ਚੱਪਲਾਂ ਆਪਦੀ ਕੱਢ ਕੇ ਉੱਥੋਂ ਮੈਂ ਭੱਜਿਆ ਜੀ। ਭੱਜੇ ਜਾ ਕੇ ਅਤੇ ਬਾਜ਼ਾਰ ਭੱਜਿਆ, ਬਾਜ਼ਾਰ ਜਾ ਕੇ ਅਨਮੋਲ ਟੇਲਰ ਦੀ ਗਲੀ ਵਾਲੀ ਜਾ ਕੇ ਭੱਜ ਕੇ ਅਤੇ ਲੱਡੂ ਬਾਂਸਲੇ ਦੁਕਾਨ 'ਤੇ ਮਾੜੇ ਪਿੱਛੇ ਚੌਂਕ 'ਤੇ ਉੱਥੇ ਜਾ ਕੇ ਉਹਨਾਂ ਨੂੰ ਮੈਨੂੰ ਘੇਰ ਲਿਆ। ਉਹਨਾਂ ਨੂੰ ਉੱਥੇ ਮੈਨੂੰ ਫੜ ਕੇ ਉੱਥੇ ਇੱਕ ਲੋਹੇ ਵਾਲੀ ਦੁਕਾਨ ਹੀ ਚਾਬੀ ਚੁੱਬੀ ਵਾਲੀ, ਉੱਥੇ ਉਹਨੇ ਟੰਬਾ ਚੱਕਿਆ, ਇੱਕ ਟੰਬਾ ਚੱਕ ਕੇ ਮੇਰੀ ਬਾਂਹ 'ਤੇ ਮਾਰਿਆ ਉਹਨੇ। ਹੋਰ ਵੀ ਨਾਂ ਦੇ ਮਤਲਬ ਨਾਂ ਨਹੀਂ ਜਾਣਦਾ, ਹੋਰ ਵੀ ਮੁੰਡੇ ਸੀ ਉਹਨਾਂ ਨਾਲ ਅਤੇ ਉਹਨਾਂ ਨੂੰ ਮੈਂ ਲੈ ਕੇ ਜਾ ਕੇ ਅੱਡਾ ਰੋੜੀ ਜਾ ਕੇ ਉਹਨਾਂ ਨੇ ਮੇਰੇ ਵਾਹਵਾ ਮਾਰੀ ਛਾੜੀ ਕੀਤੀ ਅਤੇ ਡੰਡੇ ਡੁੰਡੇ ਮਾਰੇ, ਵਾਹਵਾ ਕੁਰਸੰਦਾ ਕੁਰਸੰਦਾ ਮਾਰੇ, ਇੱਕ ਮੁੱਠ ਮਾਰੀ ਮੇਰੇ ਸਿਰ 'ਤੇ। ਉੱਥੋਂ ਲੈ ਕੇ ਜਾ ਕੇ ਚਵਾੜਾ ਵਾਲੀ ਮੰਡੀ, ਹੋਰ ਬੰਦੇ ਆ ਗਏ ਉੱਥੇ ਚਵਾੜਾ ਵਾਲੀ ਮੰਡੀ ਲੈ ਕੇ ਜਾ ਕੇ ਉੱਥੇ ਮੇਰੇ ਮਾਰਾ ਛੜੀ ਕੀਤੀ ਉਹਨਾਂ ਨੇ ਚਵਾੜਾ ਵਾਲੀ ਮੰਡੀ ਲੈ ਕੇ ਜਾ ਕੇ। ਉਸ ਤੋਂ ਬਾਅਦ ਵਾਡਾ ਰੋਡ 'ਤੇ ਸੇਮ ਨਾਲਾ ਵੱਡਾ, ਉੱਥੇ ਲੈ ਕੇ ਜਾ ਕੇ ਉੱਥੇ ਉਹਨਾਂ ਨੇ ਜ਼ਿਆਦਾ ਮੇਰੀ ਮਾਰਾ ਕੁੱਟ ਕੀਤੀ ਆ ਅਤੇ ਨਹਿਰ 'ਤੇ ਸੇਮ ਨਾਲਾ ਵੱਡਾ ਉੱਥੇ ਨਹਿਰ ਝੀਗੀ ਸੀ ਅਤੇ ਕਹਿਣ ਲੱਗੇ ਤੇਰੇ ਪੱਥਰ ਬੰਨ ਕੇ ਤੈਨੂੰ ਨਹਿਰ 'ਚ ਸੁੱਟਾਂਗੇ ਹੈਂ। ਅਤੇ ਮੁੰਡਾ ਮਤਲਬ ਛੋਟਾ ਛੋਟਾ ਪੀਂਦਾ ਖਾਂਦਾ ਅਤੇ ਕਹਿੰਦਾ ਮੇਰੇ ਕੋਲ ਹੈਗਾ, ਮੈਂ ਤੇਰਾ ਨਾਮ ਰੱਖ ਲਵਾਂਗਾ। ਮੇਰਾ ਮੋਬਾਈਲ ਉਹਨਾਂ ਨੇ ਰੱਖ ਲਿਆ ਜੀ ਅਤੇ 2000 ਰੁਪਏ ਮੈਂ ਬੈਂਕ 'ਚੋਂ ਕਢਾਇਆ ਸੀ ਅਤੇ ਉਹਨਾਂ ਨੇ ਮੈਨੂੰ 2000 ਰੁਪਏ ਕੱਢ ਲਏ। ਕਹਿੰਦਾ ਮੈਂ ਇਸ ਤੇਰੇ ਪੈਸੇ 'ਤੇ ਚਿੱਟਾ ਚਿੱਟਾ ਲੈ ਕੇ ਹਾਂ ਤੇਰਾ ਕੇਸ ਪਵਾਵਾਂਗਾ ਅਤੇ ਨਾਲ ਤੈਨੂੰ ਮਾਰਾ ਛੇੜੀ ਕੀਤੀ ਉਹਨੇ ਵਾਹਵਾ ਮੇਰੇ ਉਹਨੇ ਮਤਲਬ ਸਿਰ 'ਤੇ ਮੇਰੇ ਵਾਹਵਾ ਮਾਰਾ ਛੇੜੀ ਬੈਲਟਾਂ ਨਾਲ ਕੁੱਟਿਆ ਜੀ। ਇੱਧਰ ਵੇਖ ਫਾਰੇ ਮੇਰੇ ਸੱਟਾਂ ਇਸ ਕਾਰਨ ਮਾਰੀਆਂ ਨੇ। ਅੱਜ ਮਾਰੀਆਂ ਨੇ? ਹਾਂਜੀ ਅੱਜ ਮਾਰੀਆਂ ਨੇ ਹੁਣੇ ਜੀ। ਕਿੰਨੇ ਵਜੇ? ਮੈਨੂੰ 5:30 ਬੈਂਕ ਤੋਂ ਲੈ ਗਏ, 5:30-6 ਬੈਂਕ ਤੋਂ ਚੱਕ ਲੈ ਗਏ ਸੀ। ਉਸ ਤੋਂ ਬਾਅਦ ਮੈਨੂੰ ਉਹਨੇ ਛੱਡਿਆ, ਉਹਨਾਂ ਨੂੰ ਕਰਦੇ ਗਏ ਸੀ, ਉਹਨਾਂ ਨੂੰ ਛੁਡਾ ਕੇ ਮੈਨੂੰ ਲੈ ਕੇ ਆਏ ਆ, ਭੇਜਣਗੇ, ਰੈਫਰ ਕਰਨਗੇ, ਉੱਥੇ ਰੱਖਣਗੇ ਵੀ 2-3 ਦਿਨ ਜਾਂ ਹਫ਼ਤਾ ਵੀ ਰੱਖ ਸਕਦੇ ਆ ਜੀ, ਇਹਦਾ ਕੋਈ ਪਤਾ ਨਹੀਂ। ਸੀਟੀ ਸਕੈਨ ਕਰਾਉਣੀ ਆ ਉੱਥੇ ਜਾਂ ਫਰੀਦਕੋਟ ਰੈਫਰ ਕਰਨ ਲੱਗੇ। ਹੁਣ ਤੁਹਾਨੂੰ ਫਰੀਦਕੋਟ ਰੈਫਰ ਕਰ ਰਹੇ? ਹਾਂਜੀ ਫਰੀਦਕੋਟ ਰੈਫਰ ਕਰਨ ਲੱਗੇ।